नगर निगम अबोहर वालों बाजार नूं सुंदर बनाउण दे लई नजायज़ कब्जे हटाउण दा काम शुरू किया गया। मंडी नंबर बाजार 1 अते 2 विच दुकानदारां वालों किए गए नजायज़ कब्जे नूं हटा के उस जगह ते पार्किंग फुटपाथ बनाउण दी प्रक्रिया शुरू करन दे लई नगर निगम दे कमिश्नर अभिजीत कपलीश वालों अपनी टीम सहित बाजार विच जा के नक्शे दे हिसाब नाल निशानदेही कीती गई। इस संबंधी जानकारी देंदे हुए नगर निगम दे XN रमन कुमार ने जानकारी देंदे हुए दस्सिया कि बाजार विच सुंदरता लियाउण दे लई एक प्रोजैक्ट तैयार किया गया जिस विच दुकानदारां नूं अपना समान रखण दे लई जगह दित्ती जाएगी अते फुटपाथ तैयार किए जाणगे। इस तरह वधिया तरीके दे नाल शहर नूं सुंदर बनाया जाएगा। ये एक्चुअली इन बाज़ारों में ब्यूटीफिकेशन पॉइंट ऑफ व्यू नाल ये प्रोजेक्ट तैयार किया गया। इस प्रोजेक्ट के अंदर असी फुटपाथ देवांगे, लैंडस्केपिंग देवांगे, लोगों नू जिहड़ा उन्होंने आपका समान को थोड़ा बहुत रखना है उन्हें आसे दुकान दे के असी स्पेस भी देवांगे। इनू एक प्लैंड तरीके नाल असी इनू तैयार कर रहे हैं कि पार्किंग भी होवे, लैंडस्केपिंग होवे, सुंदरता भी वधे, दुकानदारां नू आपके दुकानदारों का समान रखने वास्ते असी अगे थोड़े बहुत जगह भी प्रोवाइड करांगे। जिहड़े पैदल चलन वाले ने उन्हां वास्ते फुटपाथ भी बना के देंगे। इस तरह की साडा ब्यूटीफिकेशन प्रोजेक्ट है बाजारां दे संबंधी। हाँ बिल्कुल जी, जिहड़े साडी प्लैनिंग के मुताबिक जो नजायज़ है असी उन्हें हटवावांगे। टाइम दिता गया? हाँ बिल्कुल, असी सफिशेंट टाइम देंगे। मान लो कि अज असी डिसमेंटल करना, किसी दुकानदार ने कहा मैंने 2 दिन का टाइम दियो, उन्होंने 2 दिन का टाइम दिता जाएगा, कोई जबरदस्ती नहीं है किसी किस्म। ਉਥੇ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਜਿੱਥੇ ਦੁਕਾਨਦਾਰਾਂ ਨੇ ਸਹੀ ਆਖਿਆ ਤੇ ਨਾਲ ਹੀ ਆਪਣੀ ਮੁਸ਼ਕਿਲਾਂ ਵੀ ਦੱਸੀਆਂ। ਇੱਕ ਵਾਰੀ ਤਾਂ ਜੀ ਦੂਰੇ ਲੋਕਾਂ ਨੂੰ ਮਹਿਸੂਸ ਹੋਏਗਾ ਵੀ ਨੁਕਸਾਨ ਹੋ ਰਿਹਾ, ਬਾਕੀ ਸ਼ਹਿਰ ਦੀ ਲੁੱਕ ਚੇਂਜ ਹੋ ਜਾਏਗੀ, ਬਹੁਤ ਵਧੀਆ ਕੰਮ ਹੋ ਜਾਊਗਾ ਸ਼ਹਿਰ ਵਾਸਤੇ। ਆ ਸ਼ਹਿਰ ਇੱਕ ਤਰ੍ਹਾਂ ਦਾ ਲੱਗੂਗਾ ਵੀ ਅਸੀਂ ਚੰਡੀਗੜ੍ਹ ਫਿਰਦੇ ਹਾਂ। ਦੁਕਾਨਦਾਰਾਂ ਨੂੰ ਵੀ ਪਸੰਦ ਆਏਗੀ? ਹਾਂ, ਦੁਕਾਨਦਾਰ ਨੂੰ ਪਸੰਦ ਆਏਗੀ। ਇੱਕ ਵਾਰ ਤਾਂ ਮਹਿਸੂਸ ਹੋਏਗਾ, ਮੈਂ ਦੱਸ ਰਿਹਾ ਤੁਹਾਨੂੰ, ਇੱਕ ਵਾਰ ਮਹਿਸੂਸ ਜ਼ਰੂਰ ਹੋਏਗਾ ਵੀ ਕਿਉਂ ਨੁਕਸਾਨ ਹੁੰਦਾ, ਅਗਲਾ ਸੋਚਦਾ ਮੇਰਾ ਨੁਕਸਾਨ ਹੋ ਰਿਹਾ, ਤਾਂ ਇੱਕ ਵਾਰ ਜ਼ਰੂਰ ਨੁਕਸਾਨ ਦਾ ਆਪਾਂ ਨੂੰ ਡਰ ਲੱਗਦਾ, ਬਾਕੀ ਇਹਦਾ ਫਿਊਚਰ ਜਿਹੜਾ ਨਾ ਬਹੁਤ ਵਧੀਆ। ਨਵੀਨ ਬਾਂਸਲ, ਇਹ ਅੱਜ ਨਗਰ ਨਿਗਮ ਵੱਲੋਂ ਥੜੇ ਤੋੜ ਜਾ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਨਹੀਂ ਚਲੋ, ਨਗਰ ਨਿਗਮ ਨੇ ਕੀਤਾ, ਸੋਚਿਆ ਵਧੀਆ ਕੀਤਾ ਹੋਊਗਾ। ਬਾਕੀ ਅੱਜ ਬੂਟੇ ਅੰਦਰ ਲਾਣੇ ਮੰਡੀ ਦੇ ਤਾਂ ਕੀ ਹੈਗੀ ਹੈ, ਅੱਜ ਖੁੱਲ੍ਹੀ ਮੰਡੀ ਹੈ, ਕੋਈ ਵਹੀਕਲ ਮੋੜਨਾ ਕਰਨਾ ਸੌਖਾ ਮੁੜ ਜਾਂਦਾ, ਜੇ ਵਿੱਚੋਂ ਗਲੀ ਨਿਕਲ ਗਈ ਜਾਂ ਵਿੱਚ ਬੂਟੇ ਲੱਗ ਗਏ, ਨਾ ਕੋਈ ਕਾਰ ਮੁੜਨੀ ਨਾ ਕੁਛ ਹੋਰ ਮੁੜਨਾ। ਸਾਡੀਆਂ ਦੁਕਾਨਾਂ ਪਹਿਲਾਂ ਹੀ ਪਿਛਾਂ ਨੂੰ ਹੈਗੀਆਂ, ਪਰਲੇ ਪਾਸੇ ਵੀ ਟੱਕਰ ਹੈ, ਇੱਧਰ ਵੀ ਟੱਕਰ ਹੈ, ਇੱਥੇ ਕਿਹੜਾ ਕੋਈ ਵਹੀਕਲ ਨੇ ਆ ਕੇ ਖੜਨਾ ਕਰਨਾ। ਅਬੋਹਰ ਤੋਂ ਸੰਦੀਪ ਸੋਖਲ ਦੀ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।